ਕੀ ਹਾਲ ਨੇ ਭਵਨ ਸਰ? ਠੀਕ ਹੈ ਮੁਸਕਾਨ, ਤੂੰ ਸੁਣਾ? ਹਾਂ ਠੀਕ ਹੈ। ਤੇ ਕਿਤੇ ਜਾਂਦਾ ਪਿਆ? ਮੈਂ ਤੇ ਇੱਥੇ ਜਾਂਦਾ ਪਿਆ ਜੱਟਾਂ ਦੇ ਛੂਹਰ ਵੱਲ। ਤੇ ਮੈਂ ਤੇਰੇ ਲਈ ਜਾਂਦੀ ਪਈ, ਸ਼ੁਕਰ ਤੂੰ ਮੈਨੂੰ ਰਾਹ ਵਿੱਚ ਹੀ ਟੱਕਰ ਗਿਆ। ਖੈਰ ਹੋਵੇ, ਫਰਮਾਓ ਜੀ। ਤੇਰੇ ਵਾਸਤੇ ਮੈਂ ਖੁਸ਼ ਖਬਰੀ ਲੈ ਕੇ ਆਈ ਹਾਂ। ਦੱਸ ਕਿਹੜੀ ਖੁਸ਼ ਖਬਰੀ ਲੈ ਕੇ ਆਇਆ? ਖੁਸ਼ ਖਬਰੀ ਤੇਰੇ ਵਾਸਤੇ ਆ ਲੈ ਕੇ ਆਈ ਹਾਂ, ਜਿਹੜਾ ਬੂਤਨਾ ਨਹੀਂ ਹੈ, ਜਿਹਨੇ ਮਗਰ ਮੀਨਾ ਵੱਜਿਆ ਵਾ ਤੇ ਤੇਰੇ ਹੱਥੀ ਨਹੀਂ ਚੜਿਆ। ਆ ਮੈਂ ਨਾਲ ਦੇ ਪਿੰਡ ਵਿੱਚ ਵਧਾਈ ਲੈਣ ਗਈ ਹਾਂ ਤੇ ਉੱਥੇ ਉਹਨਾਂ ਨੇ ਮਕਾਨ ਲਿਆ ਤੇ ਉੱਥੇ ਹੁਣ ਰਹਿੰਦੇ ਪੈ ਨਹੀਂ, ਆਦੇ ਪੈਸੇ ਵਸੂਲ ਉੱਥੇ ਜਾ ਕੇ ਕਰ ਲਾ ਉਹਨਾਂ ਕੋਲੋਂ। ਉਹ ਤੇਰਾ ਭਲਾ ਹੋਵੇ, ਇੱਕ ਮੇਰੇ ਤੇ ਹੋਰ ਵੀ ਮਿਹਰਬਾਨੀ ਕਰ, ਚੱਲ ਮੇਰੇ ਨਾਲ, ਉਹ ਕਿੱਥੇ ਰਹਿੰਦੇ ਪੈਣ ਤੇ ਮੈਨੂੰ ਚੱਲ ਕੇ ਵਿਖਾ ਉਹਨਾਂ ਦਾ ਘਰ। ਨਾਲ ਤਾਂ ਮੈਂ ਤੇਰੇ ਵਗ ਜਾਂਦੀ ਹਾਂ, ਤੈਨੂੰ ਚੰਗਾ ਭਲਾ ਪਤਾ ਹੈ, ਆਪਾਂ ਦੋਵੇਂ ਜਾਸਾਂ ਨੇ ਤੇ ਆਪਾਂ ਨੂੰ ਡਾ ਕੋਈ ਨਹੀਂ ਦੇਣਾ, ਤੇਰੇ ਲਈ ਰਨ ਵੀ ਨਾਲ ਲੈ ਲੈਣੇ ਤੇ ਆਪਾਂ ਵਗ ਜਾਂਦੇ ਹਾਂ। ਬੂਤਨੇ ਦੀ ਸਵਾਣੀ ਕੁੱਤੇ ਦੀ ਵੱਡੀ, ਐਵੇਂ ਅੱਗੋਂ ਆਪਾਂ ਵੜ ਨਾ ਲਵੇ। ਹਾਂ ਇਹ ਗੱਲ ਤੇਰੀ ਸੱਚੀ ਹੈ, ਆ ਚੱਲ। ਇੱਕ ਤਾਂ ਮੈਨੂੰ ਇਸ ਬੰਦੇ ਦੀ ਸਮਝ ਨਹੀਂ ਆਉਂਦੀ ਵੀ ਸੁਭਾਂ ਦਾ ਘਰੋਂ ਨਿਕਲਿਆ ਬੇਲੀਆਂ ਲੈ ਤੇ ਇਹਨੂੰ ਘਰ ਆਉਣ ਦਾ ਪਤਾ ਹੀ ਕੋਈ ਨਹੀਂ। ਸਬਜ਼ੀ ਲਿਆਉਣ ਵਾਲੀ ਸ਼ਾਮ ਉੱਤੋਂ ਹੋਈ ਖੜੋਤੀ ਤੇ ਮੁੜ ਜੇ ਮੈਂ ਆਪ ਬਾਗੀ ਤੱਕ ਸੀ, ਮਾਰ ਨਿਕਲ ਗਈ, ਟੁਰ ਗਈ। ਕੀ ਵਾਹ ਬੇਲੀਆਂ ਛੱਡੀ ਜਾਨੀ ਬੇਗਮ ਜੀ, ਤੇਰਾ ਇੰਤਜ਼ਾਰ ਕਰਦੀ ਪਈ ਸਬਜ਼ੀ ਸੁਬਜ਼ੀ ਲਿਆ ਦੇ, ਮੁੜ ਸ਼ਾਮੀ ਤੋਂ ਆਣਾ ਆਂਡੀ ਜਲਦੀ ਨਹੀਂ ਬਣਾਈਂਦੀ, ਰੋਟੀ ਨਹੀਂ ਬਣਾਈਂਦੀ। ਹੁਣ ਰੋਟੀਆਂ ਨੂੰ ਛੱਡ ਦੇ, ਸਮੇਂ ਜਾ ਆਪਣੀ ਭੁੱਖ ਮਰ ਗਈ। ਕਿਉਂ ਕੀ ਹੋਇਆ? ਜਿਹੜਾ ਆਪਣਾ 5 ਲੱਖ ਰੁਪਇਆ ਡੁੱਬਿਆ, ਬੂਤਨਾ ਆਪਣੇ ਕੋਲ ਡੰਗਰ ਨਹੀਂ ਲੈ ਕੇ ਗਿਆ? ਹਾਂ ਹਾਂ, ਆ ਮੁਸਕਾਨ ਮੈਨੂੰ ਦੱਸਿਆ ਕਿ ਉਹ ਨਾਲ ਦੇ ਚੱਕੇ ਚੁਣਾ ਜਗ੍ਹਾ ਲਈਏ ਤੇ ਆਪਾਂ ਉਹਦੇ ਕੋਲ ਪੈਸੇ ਲੈ ਕੇ ਆਵੀਏ ਆਪਦੇ। ਅੱਛਾ ਤੇ ਉੱਥੇ ਕੌਣ ਕੌਣ ਰਹਿੰਦੇ ਪੈਣੋ? ਉਹ ਨਾਲ ਉਹਦੀ ਸਵਾਣੀ ਹੈ ਤੇ ਉਹਦਾ ਪਿਓ ਹੈ, ਹੋਰ ਉਹਨਾਂ ਦੇ ਨਾਲ ਕਾਹ ਆਉਣਾ ਉੱਥੇ? ਦੋਵੇਂ ਜਣੇ ਅੱਗੇ ਵੀ ਰਹਿੰਦੇ ਹਨ ਤੇ ਹੁਣ ਵੀ ਦੋਵੇਂ ਜਣੇ ਹੀ ਹਨ, ਹੁਣ ਕਿਹੜਾ ਨਾਲ ਉਹਨਾਂ ਨੇ 4 ਬੰਦੇ ਰੱਖੇ ਹੋਏ ਨੇ? ਸ਼ੁਕਰ ਹੈ ਸਰ ਉਹਨਾਂ ਦਾ ਪਤਾ ਲੱਗ ਗਿਆ, ਆਪਣੇ ਤਾਂ ਬੁੱਝੇ ਦਾਣੇ ਹੋ ਗਏ, ਪਹਿਲਾਂ ਪੱਛੇ ਲਈਏ ਜਲਦੀ ਜਲਦੀ ਉਹਨਾਂ ਨਾਲ। ਉਹ ਭਰਜਾਈ ਇਕੱਲੇ ਨਹੀਂ ਆਪਾਂ ਜਾਣਿਆ, ਜਿਨ੍ਹਾਂ ਦੇ ਦੂਜਿਆਂ ਨੂੰ ਠੱਗ ਕੇ ਲੈ ਕੇ ਗਏ ਨੇ, ਉਹਨਾਂ ਨੂੰ ਆਪਾਂ ਨਾਲ ਰਲਾਇਲ ਚੱਲੀਏ, ਚਲੋ ਤੁਹਾਡੇ ਬਾਨੇ ਉਹਨਾਂ ਦੇ ਵਿਚਾਰਿਆਂ ਦੇ ਪੈਸੇ ਵੀ ਉਗਲ ਜਾ ਸਨ। ਅਸੀਂ ਆਪਾਂ ਗਏ ਨਾ ਇਕੱਲੇ ਤੇ ਹੋ ਸਕਦਾ ਆਪਾਂ ਨੂੰ ਨਿਆਂ ਪਾਉਣ ਦੀ ਨਾ ਦੇਵਣ, ਸਾਰੇ ਇਕੱਠੇ ਰਲ ਕੇ ਜਾਸੇ ਨਾ, ਤੁਹਾਨੂੰ ਡਰ ਹੋ ਸੀ ਵੀ ਇਕੱਠੇ ਹੋ ਕੇ ਆ ਗਏ ਨਹੀਂ ਨਾ, ਸਾਨੂੰ ਛੱਡਣਾ ਕੋਈ ਨਹੀਂ, ਹੁਣ ਜਿੰਨੀ ਚਿਰ ਅਸੀਂ ਪੈਸੇ ਨਾ ਦਿੱਤੇ। ਜੋ ਕੁਛ ਵੀ ਕਰਨਾ ਨੇ ਜਲਦੀ ਕਰ ਲਓ, ਸਾਰਿਆਂ ਨੂੰ ਇਕੱਠਾ ਕਰ ਲਾ, ਉਹ ਨਾ ਹੋਵੇ ਉਹ ਕੰਜਰ ਉੱਥੋਂ ਨਿਕਲ ਕੇ ਹੁਣ ਕਿਤੇ ਹੋਰ ਦੇ ਵਗ ਜਾਵਣ। ਤੇ ਤੂੰ ਤਾਂ ਉੱਠੀ ਮਿੰਟ ਮਾਰ, ਆਪਾਂ ਚੱਲੀਏ। ਹਾਂ ਇਹਨੂੰ ਅੰਦਰ ਸੱਟ ਆਈ, ਭਰਾ ਰੱਖ ਚੌਕੇ ਆ ਜਾ। ਜੇ ਮੈਂ ਹੁੰਦੀ ਢੋਲਣਾ ਸੋਨੇ ਦੀ ਤਵੀਤੜੀ, ਆ ਗਾਣਾ ਗੱਲੋ ਨਾ ਜਲਦੀ ਨਾ ਬੇਲੀਓ। ਬੁਕਨਾ ਸਾਹਿਬ, ਕਿਸੇ ਟਾਈਮ ਮੋਬਾਈਲ ਦੀ ਜਾਨ ਛੱਡ ਦਿੱਤੀ ਕਰ, ਘਰ ਚ ਨਿਰੀ ਮਨੂੰ ਸਤੋਂਦੀ ਹੈ ਤੇ ਬੋਰ ਕਿਉਂ ਮਚਾਈ ਰੱਖਣਾ? ਚਲੋ ਜੀ, ਗਾਣਾ ਸੁਣਨ ਨਾਲ ਬੋਰ ਮੱਚ ਜਾਂਦਾ। ਗਾਣੇ ਤੋਂ ਇਲਾਵਾ ਤੈਨੂੰ ਹੋਰ ਕੰਮ ਕੋਈ ਨਹੀਂ, ਫਿਕਰ ਕੋਈ ਨਹੀਂ ਆਈ? ਦੱਸ ਮੈਨੂੰ, ਮੇਰੇ ਉੱਤੇ ਕਿਹੜਾ ਘਰ ਦਾ ਕੰਮ ਰੁਕਾ ਪਿਆ? ਤੇਰੇ ਉੱਤੇ ਕੰਮ ਮੜਿਆ ਪਿਆ ਤੇ ਤੈਨੂੰ ਮੈਂ ਆਖਦੀ ਪਈ ਆ, ਅਸੀਂ ਮਾਲਕਾਂ ਵਾਲੇ ਟੁਰਿਆ ਜਾ, ਉਹਨਾਂ ਨੂੰ ਆਖ ਕਿ ਸਾਡੇ ਕੋਲ ਪਾਣੀ ਵਾਲੀ ਟੈਂਕੀ ਕੋਈ, ਤੇ ਸਾਨੂੰ ਪਾਣੀ ਵਾਲੀ ਟੈਂਕੀ ਰੱਖ ਕੇ ਦਿਓ, ਜਦੋਂ ਬਿਜਲੀ ਵਗ ਜਾਵੇ ਤੇ ਅਸੀਂ ਬੜਾ ਤੰਗ ਹੁੰਨੇ ਆ, ਕਿਰਾਇਆ ਤੇ ਲੈਣਾ ਹੋਵੇ ਤੇ ਤੁਸੀਂ 5 ਤੋਂ 6 ਨਹੀਂ ਹੋਣ ਦਿੰਦੇ ਨੇ, ਤੇ ਸਾਡੀ ਸੱਗੀ ਤੇ ਨਾ ਉਹ ਰੱਖ ਲੈਂਦੇ ਨੇ। ਕੋਈ ਗੱਲ ਨਹੀਂ, ਇਸ ਵਾਰੀ ਆਪਾਂ ਕਿਰਾਇਆ ਮਕਾਨ ਦਾ ਦੇਵਣਾ ਕੋਈ ਨਹੀਂ, ਉਹ ਕਿਰਾਇਆ ਵਾਲੇ ਪੈਸੇ ਲੈ ਕੇ ਸ਼ਹਿਰ ਵਗ ਗਈ ਸਾਂ, ਉੱਥੋਂ ਪਾਣੀ ਵਾਲੀ ਟੈਂਕੀ ਲੈ ਕੇ ਆਈ ਸਾਂ, ਜਦੋਂ ਮਾਲਕਾ ਪੁੱਛਿਆ ਨਾ ਬਈ ਕਿਰਾਇਆ ਕਿਉਂ ਨਹੀਂ ਦਿੱਤਾ, ਉਹਨਾਂ ਨੇ ਕਿਹਾ ਮੈਂ ਟੈਂਕੀ ਲੈ ਆਂਦੀ। ਜੇ ਆਪਾਂ ਆਪਣੀ ਮਰਜ਼ੀ ਨਾਲ ਟੈਂਕੀ ਲੈ ਆਂਦੀ ਨਾ ਤੇ ਮਾਲਕਾਂ ਦਾ ਚੱਚਰ ਆਪਣੇ ਗੱਲ ਪਿਆ ਰਿਹਾ ਸੀ, ਪਹਿਲੇ ਉਹਨਾਂ ਦੇ ਕੰਨਾਂ ਚੁਕਾ ਲੈ ਤੇ ਮੁੜ ਆਪਾਂ ਲੈ ਆਉਂ ਸਾਂ। ਹਾਂ ਇਹ ਗੱਲ ਵੀ ਤੇਰੀ ਸਹੀ ਹੈ, ਚਲੋ ਕੋ ਮਕਾਨ ਮਾਲਕ ਆਉਂਦਾ ਨਾ ਉਹਨਾਂ ਨੂੰ ਮੈਂ ਆਣਾ। ਹਾਂ ਤੇ ਨਾਲੇ ਮੈਨੂੰ ਇਹ ਦੱਸ ਕਿ ਆਪਣੇ ਚਾਕੇ ਚ ਫੋਨ ਸ਼ੁਣ ਤੇ ਨਹੀਂ ਆਇਆ ਫਿੱਕੀ ਹੋਰਾਂ ਦਾ? ਨਹੀਂ ਨਹੀਂ ਹਾਲੇ ਤੱਕ ਤਾਂ ਕਿਸੇ ਦਾ ਨਹੀਂ ਆਇਆ, ਜੱਟ ਦਾ ਪਤਾ ਨਹੀਂ। ਜੇ ਆ ਵੀ ਜਾਵੇ ਨਾ ਤੇ ਉਹਨੂੰ ਸਿੱਧੀ ਨਾ ਦੱਸੀ ਵੀ ਅਸੀਂ ਕਿਹੜੇ ਚਾਕੇ ਚ ਰਹਿੰਦੇ ਪਏ, ਉਹ ਬੰਦਾ ਪੁਣਾ ਕੋਈ ਨਹੀਂ ਹੈ। ਮੈਂ ਚਬਲਾ ਨੂੰ ਸਿੱਧੀ ਦੱਸ ਕੇ ਟੁੰਗੀ ਹੋਣਾ। ਬਸ ਨੀ ਭੈਣ, ਕੀ ਹਾਲ ਹੈ? ਠੀਕ ਠਾਕ ਬਾਜੀ, ਤੁਸੀਂ ਸੁਣਾਓ? ਨੀ ਭੈਣ, ਅਸਾਂ ਛੂਰ ਦਿੰਦੇ ਆ ਰੱਖਿਆ ਤਾਂ ਹੀ, ਪਰ ਮੈਂ ਆਈ ਹਾਂ ਰਾਤੀ, ਗਾਵਣਾ ਤਾਂ ਸੱਦਾ ਹੀ ਨੇ। ਕੋਈ ਮਸਲਾ ਨਹੀਂ ਬਾਜੀ, ਅਸੀਂ ਤਾਬੇਦਾਰ ਆ ਜਾਸਾ। ਹੋਰ ਵੀ ਬਰਾਦਰੀ ਸਦਾਏ ਨੇ ਕਿ ਸਿਰ ਸਾਨੂੰ ਆਖਣ ਆਈ ਹੈ? ਸ਼ੁਕਰ ਅਲਹਮਦੁਲਿਲਾ, ਸਾਡੀ ਬਰਾਦਰੀ ਹੈ ਤਾਂ ਆਈ ਹੈ, ਮੈਂ ਥੋੜਾ ਆਈ ਹਾਂ। ਹਲਾ ਹੋਰ ਨਹੀਂ, ਮੈਂ ਵੀ ਆ ਸਕਣਾ? ਜੇ ਮੇਰਾ ਬਿਰਾ ਤੂੰ ਵੀ ਆ ਜਾਵੇ, ਤੂੰ ਬੰਦਿਆਂ ਚ ਬੈਠਾ ਰਹੇ, ਚਾਹ ਪਾਣੀ ਮਗਲ ਸਾਚਾ। ਮੈਂ ਤਾਂ ਪੁੱਛਦਾ ਪਿਆ, ਬਰਾਦਰੀ ਤੁਹਾਡੀ ਇਤਰਾਜ਼ ਨਾ ਕਰੇ, ਬਗੈਰ ਬੰਦੇ ਨੂੰ ਕਿਉਂ ਸਦਿਆ ਇਹਨੇ? ਮੇਰਾ ਬਿਰਾ ਅੱਜ ਕੋਈ ਗੱਲ ਨਹੀਂ ਹੁੰਦੀ, ਆਡੇ ਗੁਆਡੇ ਵੀ ਬਹਿਣਾ ਬਿਰਾ ਆਉਂਦੇ ਨੇ, ਕੋਈ ਮਸਲਾ ਨਹੀਂ।
ਤੇ ਠੀਕ ਹੈ ਜੀ, ਤੁਹਾਡੇ ਵਾਸਤੇ ਮਸਲਾ ਕੋਈ ਨਹੀਂ, ਤਸੀਂ ਆਜ ਸਾਂ। ਮੇਰੀ ਭੈਣ ਹੈ ਨਾਲ, ਧੀ ਦਾ ਵੀ ਕਰਦੀ ਪਈ ਕਿ ਇਕੱਲੇ ਪੋਤਰ ਦਾ? ਨਹੀਂ, ਮੇਰੀ ਭੈਣ ਮੈਂ ਇਕੱਲਾ ਪੋਤਰ ਦਾ ਕਰਦੀ ਪਈ ਤੇ ਖੁਦਾ ਵਾਸਤੇ ਰਿਸ਼ਤਾ ਉਦੋਂ ਲੈਂਦੀ ਪਈ ਆ। ਗੈਰਾਂ ਦਾ ਕੋਈ ਰਿਸ਼ਤੇਦਾਰੀ ਚ ਨਹੀਂ, ਭੈਣ ਗੈਰਾਂ ਦੀ ਹੈ ਤੇ ਖੁਦਾ ਵਾਸਤੇ ਰਿਸ਼ਤਾ ਮੈਂ ਦੀਜਾ। ਮਰਜ਼ਾਰੀ ਗੱਲ, ਸਮਾਨ ਹੀ ਅਗਲੇ ਡੈਟ ਕੇ ਲਿਆ ਸੀ, ਜ਼ੇਵਰ ਹੀ ਪੈਂਦੇ ਪੈ। ਨਹੀਂ ਮੇਰੀ ਭੈਣ, ਜੋ ਹੋ ਸੀ ਸੱਤ ਫਿੱਕੇ ਦੇ ਲੈ ਸਮ ਆਪੇ। ਹਾਂ, ਉਹ ਤਾਂ ਫਿਰ ਦੇਣਾ ਬਣਦਾ ਨਾ, ਤੇ ਕੋਈ ਗੱਲ ਨਹੀਂ, ਅੱਜ ਤਾਂ ਸਾਡੀ ਰੋਟੀ ਮੁੜ ਦੂ ਪਕਾ ਲਿਆ। ਤੇ ਮੇਰੀ ਭੈਣ, ਰੋਟੀਆਂ ਤੁਹਾਡੇ ਨਾਲ ਕੋ ਸੋਹਣੀਆਂ ਨੇ, ਰੋਟੀਆਂ ਸੁਖਾ ਕੇ ਦੋਵੇਂ ਜੀ ਆ ਜਾਵੇ। ਮਿਹਰਬਾਨੀ, ਆ ਜਾ। ਚਲੋ ਠੀਕ ਹੈ ਮੇਰੀ ਭੈਣ, ਚੇਤੇ ਨਾਲ ਆ ਜਾਵੇ। ਆ ਜਾ ਸਰ। ਬਿੱਲਾ, ਹਾਂ ਆ ਜਿਹੜੀ ਸਵਾਣੀ ਆਈ ਹੈ ਨਾ, ਆਪਾਂ ਨੂੰ ਸੱਦਾ ਦੇਵਾਂ। ਕਚਰ ਕਰੇ ਕਚਰ ਕਰੇ ਕਰਿੰਦੀ ਹੈ, ਮੈਨੂੰ ਤਾਂ ਸੁਰ ਕਾਹ ਨਹੀਂ ਲੱਗੀ, ਤੈਨੂੰ ਕੋਈ ਲੱਗੀ ਹੈ? ਮੈਂ ਬੜਾ ਉਸ਼ੋ ਦੀਦੀ ਬੋਲੀ ਉਹ ਜੀ, ਮੈਨੂੰ ਉਹਦੀ ਸਾਰੀ ਸਮਝ ਆ ਜਾਂਦੀ ਹੈ। ਬੋਲੀ ਉਹ ਜੀ ਨੇ, ਮੈਨੂੰ ਜਿੱਦਾਂ ਤੱਕ ਛੱਕ ਕੇ ਤੋਤਲੀ ਹੈ। ਤੇ ਉਹ ਅੜਦੀ ਹੈ ਵਿਚਾਰੀ, ਤੂੰ ਕੀ ਆਖੂ ਮੈਂ। ਚਲੋ ਹੁਣ ਆਪਾਂ ਚੱਲੀਏ, ਆਪਾਂ ਲੱਕੜੀ ਦਾ ਥੱਬਾ ਲਾਇਆ ਜੀ। ਅੰਮਾ ਉਹਦੀ ਵਾਰ ਤੈਨੂੰ ਮੈਂ ਆਖਾਂ ਨੇ, ਪੱਪੂ ਉਹਦੀ ਫੌਤ ਕੀ ਹੋ ਗਈ, ਆਪਾਂ ਦੋਵਾਂ ਮਾਵਾਂ ਦੀਆਂ ਵਾਂਗ ਚੱਲੀ, ਪਰ ਚਾਹ ਲੱਭੀ ਵੱਡੇ ਨਾ ਮਗਾਈਆਂ ਦੁਕਾਨ ਤੇ, ਪੱਪੂ ਦੀ ਸਵਾਨ ਹੀ ਟੱਕਰੀ ਤੇ ਮੈਨੂੰ ਐਡਾ ਵੱਡਾ ਉਲਾਮਾ ਦਿੱਤਾ, ਸੋ ਮੈਂ ਤਾਂ ਸ਼ਰਮ ਦੀ ਖਾਦੀ ਮੂੰਹ ਤੱਲੇ ਕਰ। ਸਾਮੀ ਉਹ ਤੇਰੀ ਗੱਲ ਠੀਕ ਹੈ, ਜਾਣਾ ਆਪਣਾ ਬਣਦਾ ਹਾਂ, ਲੇਕਿਨ ਤੈਨੂੰ ਵੀ ਪਤਾ ਵੀ ਮਹੀਨਾ ਹੋ ਗਿਆ ਮੈਂ ਗੁਰਦੇ ਦੀ ਪੀੜ ਨਾਲ ਘਰੇ ਪਈ ਹਾਂ, ਮੇਰੇ ਕੋਲ ਤੁਰਿਆ ਨਹੀਂ ਜਾਂਦਾ ਤੇ ਮੈਂ ਕਿਵੇਂ ਵਗ ਜਾਵਾਂ, ਹੁਣ ਸਵੇ ਮਹੀਨੇ ਦਾ ਖਤਮ ਹੋ ਸੀ, ਅੰਮਾ ਮਾਂ ਦੀ ਹੋਏ ਸਨ। ਬਸ ਠੀਕ ਹੈ ਅੰਮਾ, ਹੁਣ ਸਵੇ ਮਹੀਨੇ ਤੇ ਆਪਾਂ ਲਾਜ਼ਮੀ ਜਾਵਣਾ, ਕਿਉਂਕਿ ਆਪਣੇ ਨਾਲ ਦੁੱਖ ਸੁੱਖ ਹੋ ਜਾਵੇ ਤਾਂ ਬਾਜ ਕੇ ਆਉਂਦੇ ਤੇ ਆਪਾਂ ਹੁਣ ਉਹਨਾਂ ਦਾ ਉਲਾਮਾ ਲਾ ਕੇ ਆਵਣਾ। ਜ਼ਰੂਰ ਮੇਰੀ ਧੀ, ਆਪਾਂ ਜਸਾਂ ਦੁਆ ਕਰ ਆ ਮੇਰੀ ਗੁਰਦੇ ਵਾਲੇ ਦਰਦ ਅੜ ਜਾਵੇ ਤੇ ਆਪਾਂ ਹੋ ਕੇ ਹੁਸਾਂ ਉਹਨਾਂ ਦਾ ਗਿਲਾ ਦੂਰ ਕਰਕੇ ਹੁਸਾਂ ਮੇਰੀ ਧੀ। ਜਿਹੜੀ ਗੱਲ ਆਪਾਂ ਕਰਨ ਆਇਆ ਨਾ, ਉਹ ਮੈਨੂੰ ਕਰਨ ਦੇ। ਕਰ ਜੀ ਪੁੱਤਰ, ਫਰਮਾ ਕੀ ਫਰਮਾਣਾ? ਅੰਮਾ ਮੈਂ ਕੀ ਫਰਮਾਣਾ, ਜਿਹੜੇ ਤੁਸੀਂ ਡੰਗਰ ਦਿੱਤੇ ਆ ਬੂਤਣੇ ਨੂੰ, ਉਹ ਪੈਸੇ ਨਹੀਂ ਨਾ ਲੱਭੇ? ਕੋਈ ਨੀ, ਉਹਨੇ ਉਹਨੂੰ ਉਧਾਰੇ ਲੈ ਗਿਆ ਤੇ ਮੁੜ ਕੇ ਮੇਰੇ ਮੱਥੇ ਹੀ ਨਹੀਂ ਲੱਗਾ। ਉਹ ਮੱਥੇ ਹੁਣ ਲੱਗ ਜਾ ਸੀ, ਆਹ ਮੁਸਕਾਨ ਗਿਆ ਨਾਲ ਦੇ ਚੱਕ ਚ ਵਧਾਈ ਲੈਣ। ਅੱਛਾ, ਤੇ ਉਹਨਾਂ ਗੰਜਰਾ ਉੱਥੇ ਮਕਾਨ ਲਿਆ ਹੋਇਆ ਤੇ ਆਪਾਂ ਚੱਲੀਏ, ਅਸੀਂ ਸਾਰਿਆਂ ਨੂੰ ਇਕੱਠਾ ਕਰਦੇ ਪਏ ਆ। ਅੱਛਾ, ਬੂਤਣੇ ਹੋਰਾਂ ਨੇ ਉੱਥੇ ਮਕਾਨ ਲੈ ਲਿਆ? ਹਾਂਜੀ ਅੰਮਾ। ਕਿੱਡਾ ਇਹ ਠੱਗਬਾਜ਼ ਬੰਦਾ ਹੈ। ਨੀ ਮਾਸੀ, ਉਹਨਾਂ ਨੂੰ ਠੱਗਬਾਜ਼ੀ ਦਾ ਬੜਾ ਪਤਾ ਲੱਗ ਜਾ ਸੀ, ਜਿਸ ਵੇਲੇ ਤੁਸੀਂ ਸਾਰੇ ਇਕੱਠੇ ਹੋ ਕੇ ਉੱਥੇ ਜਾ ਸੋ ਨਾ, ਤੈਨੂੰ ਲਿੱਤਰ ਪਲੇਟ ਹੋਈ ਹੁੰਦੀ, ਅਕਲ ਟਿਕਾਣੇ ਆ ਜਾ ਸੀ। ਨੀ ਮਸਕਾਨ, ਲਿੱਤਰ ਪਲੇਟ ਤਾਂ ਹੋਣੀ ਹੋਣੀ ਹੈ, ਜੋ ਪੈਸਾ ਜੋ ਸਾਡੇ ਲੈ ਕੇ ਨੱਸਿਆ ਆਇਆ ਤੇ ਅੱਲਾ ਤੇਰਾ ਭਲਾ ਕਰੇ, ਤੂੰ ਸਾਨੂੰ ਆ ਕੇ ਘਰੇ ਦੱਸ ਦਿੱਤਾ ਤੇ ਹੁਣ ਇਹਨਾਂ ਕੋਲ ਪੈਸੇ ਰੱਖੇ ਕਿਵੇਂ ਅਸੀਂ ਕਢਾਂਦੇ? ਛਿੱਤਰ ਮਾਰ ਮਾਰ ਕੇ ਉਹਦੇ ਸਿਰ ਤੇ। ਹਾਂ ਹਾਂ ਮੈਂ ਐਵੇਂ ਕਰੀ, ਜਿਸ ਵੇਲੇ ਚਪਨੀ ਕੱਦੂ ਦੇ ਮੂੰਹ ਉੱਤੇ ਲਿੱਤਰ ਪੈਣਾ ਤੇ ਉਹਦੀ ਅਕਲ ਟਿਕਾਣੇ ਆ ਜਾ ਸੀ ਤੇ ਵੇਖੀ ਪੈਸੇ ਆਪੇ ਕਾਢ ਕੇ ਦਿੰਦਾ। ਮੁਸਕਾਨ, ਉਹ ਚਪਨੀ ਕੱਦੂ ਨੂੰ ਮੈਂ ਐਸੀ ਬੋਨੀ ਲੈ ਸਾ ਜ਼ਿੰਦਗੀ ਭਰ ਯਾਦ ਰੱਖ ਸੀ, 6 ਮਹੀਨੇ ਹੋ ਗਏ ਨੇ ਤੂੰ ਪੈਸੇ ਲੈ ਤੇ ਸਾਡੇ ਨਸੋ ਆ, ਇਹ ਹੁਣ ਵੀ ਡਾਰੇ ਨਾਲ ਮਾਇਆ ਨਹੀਂ ਬਿੜਸਾ ਜਾ ਕੇ ਮੇਰੇ ਹੱਥੇ ਆ ਗਏ, ਹੁਣ ਇਹ ਜਾਣੇ ਤੇ ਮਾਇਆ ਜਾ। ਅੱਛਾ ਸਹਿਮਾ, ਇਹ ਥਾਈ ਰੋਲਾ ਨਾ ਗੱਤੀ ਰੱਖੋ, ਉੱਠੀ ਪਵੋ ਤੇ ਅਗਾਂ ਟੋਰ ਕੇ ਚੱਲੀ ਆਉਂਦੇ, ਉਹ ਨਾ ਉਸ ਬੰਦੇ ਨੂੰ ਕੋਈ ਸ਼ੱਕ ਸ਼ੁਬਾ ਹੋਵੇ ਤੇ ਉੱਥੋਂ ਹੀ ਨਿਕਲ ਜਾਵੇ, ਚਗਲ ਚੁੱਗੀ ਹੋਈ ਜਾਣਦੀ ਹੈ ਉਹ, ਹੁਣ ਨਾ ਮੈਂ ਨੱਸਣ ਦੇਂਦੀ ਹੋਈ, ਹੁਣ ਪਤਾ ਲੱਗ ਗਿਆ ਆਪਾਂ ਹੁਣ ਉਹਦੇ ਪਿੱਛੇ ਪਿੱਛੇ ਚੱਲਸਾਂ ਪਾ। ਓਏ ਮੁਸਕਾਨ, ਹਾਂ ਜਿਸ ਵੇਲੇ ਤੂੰ ਉਹਨੂੰ ਵੇਖਿਆ ਉਸ ਕਿਦਾਂ, ਤੈਨੂੰ ਤਾਂ ਨਹੀਂ ਵੇਖ ਲਿਆ ਉੱਥੇ? ਉਹਨੇ ਮੈਨੂੰ ਵੇਖਿਆ ਤੇ ਮੈਨੂੰ ਪੁੱਛਿਆ ਸੂ ਕਬੀਨ ਸਰ ਔਰ ਕਿਦੇ ਨੇ, ਮੈਂ ਆਖਿਆ ਉਹਨਾਂ ਨੂੰ ਤਾਂ ਵਾਵਾ ਦੇ ਨੋਕ ਨੇ, ਇੱਥੇ ਹੈ ਨਹੀਂ ਕੋਈ, ਉਹ ਤਾਂ ਲੋਰ ਗਏ ਹੋਏ ਨੇ। ਆਹ ਚੰਗਾ ਕੀਤਾ, ਸ਼ਾਬਾਸ਼, ਉੱਠਿਓ ਚੱਲਿਓ, ਮਿੰਟ ਮਾਰੋ ਮਿੰਟ ਮਾਰੋ, ਆ ਜਾਓ। ਠੀਕ ਹੈ ਮੇਰੀ ਧੀ, ਇਹ ਤਾਂ ਤਕਲੀਫ ਕੀਤੀ ਨੇ ਜਿਹੜੇ ਇੱਥੇ ਚ ਆਏ ਹੋ,
ਉਹ ਮੈਨੂੰ ਫੋਨ ਚੱਕਰ ਵਾ ਤੇ ਅਗਾਂ ਲਈ ਆਵਾਂ ਕੁਹਾੜੀ ਥਾਈ ਟੋਕ ਕੇ ਮੈਂ ਆਪ ਚਾਈ ਆਵਾਂ। ਹਾਏ ਉਹ ਕੁੱਤੇ ਦੇ ਪੋਤਰਾ, ਇਹ ਲੁਹਾਰਿਆਂ ਦੇ ਛੁਅਰ ਨੂੰ ਕੀ ਆਦਾ ਰਹੀਆਂ ਵੀ ਮੈਂ ਵਪਾਰ ਦੇ ਕੰਮ ਕਰੇ ਨਾ ਤੇ ਮੈਨੂੰ ਕੋਈ ਡੋਰ ਲਾ ਦੇ। ਅਤੇ ਮੈਂ ਅੱਬਾ ਆਖਿਆ ਮੈਂ ਕੋਈ ਮੁਕਰਦਾ ਪਿਆ, ਨਾਲੇ ਵਪਾਰ ਵਾਲੇ ਕੰਮ ਵਿੱਚ ਮੇਰਾ ਥੋੜ੍ਹਾ ਬਹੁਤ ਕੋਈ ਤਜਰਬਾ ਵੀ ਹੋ ਗਿਆ। ਕੰਨ ਖੋਲ ਕੇ ਗੱਲ ਸੁਣ ਮੇਰੀ, ਇਹ ਵਪਾਰ ਵਾਲਾ ਲਫ਼ਜ਼ ਤੇਰੇ ਮੂੰਹ ਤੇ ਮੈਂ ਦੁਬਾਰਾ ਨਾ ਵੇਖਾਂ। ਬੰਦੇ ਦਾ ਪੁੱਤਰ ਬਣ ਕੇ ਤੇ ਦਿਹਾੜੀਆਂ ਕਰ, ਉਹ ਵਾਰੇ ਚਿਨ ਓਏ ਉੱਥੋਂ ਬਾਂਡ ਚਵਾਇਆ ਨੀ, ਹੁਣ ਇੱਥੇ ਸਿਰ ਲੁਕਾਇਆ ਕੇ ਇੱਥੋਂ ਸਾਨੂੰ ਅੱਗੇ ਟੁਰੂ ਹੈ। ਜੀ ਆਬੂ ਜੀ, ਤੇ ਨਾਲੇ ਚਾਰ ਦਿਨਾਂ ਦੀ ਜ਼ਿੰਦਗੀ ਟੁਰ ਫਿਰ ਕੇ ਮੇਲਾ ਵੇਖਣਾ ਚਾਹੀਦਾ, ਨਾਲੇ ਆਪਾਂ ਕਦੇ ਕਿਸੇ ਪਿੰਡ 'ਚ ਕਦੇ ਕਿਸੇ ਪਿੰਡ 'ਚ ਸਹਿਣਾ, ਇਹ ਤਾਂ ਤਲਕ ਬਣ ਸੀ ਤੇ ਨਾਲੇ ਚਾਹ ਸਮਸੀ। ਜੇ ਟੁਰ ਫਿਰ ਕੇ ਮੇਲਾ ਹੀ ਵੇਖਣਾ ਹੈ ਨਾ ਹਰੂ ਮਰੂ, ਤੇ ਇੱਕ ਬਾਂਦਰ ਦੇ ਇੱਕ ਰੇਛੀ ਲਾ ਲੈਂਦੇ, ਨਾਲੇ ਜ਼ਿੰਦਗੀ ਦੀ ਚਾਸ ਲੈਂਦੇ ਰਹੇ, ਨਾਲੇ ਆਟਾ ਬਣਦਾ ਰਹਾ ਸੀ ਘਰ ਦਾ। ਅੱਬਾ ਆਪਾਂ ਕੱਲਾ ਰੇਛ ਲੈ ਲੈਂਦੇ, ਬਾਂਦਰ ਮੇਰੇ ਸਾਹਮਣੇ, ਮੈਂ ਉਹਦੇ ਗਾਲ 'ਚ ਰੱਸੀ ਪਾ ਲਈ ਸਾਂ। ਪਿਓ ਪੁੱਤਰਾਂ ਦਾ ਜੇ ਤੁਸੀਂ ਚਾਸ ਲੈਣੀ ਤੇ ਕੱਲੇ ਲੈਂਦੇ ਰਸੋ, ਮੈਂ ਵੀ ਕਿਸੇ ਦੀ ਜੰਮੀ ਹੈ, ਮੇਰੇ ਕੋਲ ਧੱਕੇ ਨੀ ਖਾਦੇ ਜਾਂਦੇ। ਤੇ ਬੂਤਨਾ ਸਾਹਿਬ, ਹੁਣ ਤੂੰ ਜਿੱਥੇ ਵੀ ਗਲਤ ਕੰਮ ਕੀਤਾ ਤੇ ਮੈਂ ਅਗਰ ਦਿੱਤੀ ਮਾਰ ਦੇਣੀ ਕਿ ਮੇਰਾ ਸਾਈਂ ਟੱਗੂ ਹੀ ਨੇ। ਵਿਰਾਸਤ ਗਾਰਾ ਹੀ ਉਹ ਤਾਂ ਛੁਡਾ ਲਿਆ, ਅਜੇ ਗੱਲਾਂ ਸੁਣੇ ਨੇ, ਤੂੰ ਜ਼ਲੀਲ ਦੇ ਬੱਚੇ ਆ। ਅੱਲਾ ਖਾਂ, ਹਾਲੀ ਮੈਂ ਕੀਤਾ ਹੀ ਕੁਝ ਨਹੀਂ, ਉਹ ਵਨ ਸਮੰਨੇ ਤੈਨੂੰ ਮੈਂ ਪਿੰਡ ਫਿਰਦਾ ਵਾ ਨਾ। ਮੈਨੂੰ ਕੋਈ ਲੋੜ ਨੀ ਵਨ ਸਮੰਨੇ ਪਿੰਡ ਫਿਰਨ ਦੀ, ਇਨਸਾਨ ਦਾ ਪੁੱਤਰ ਬਣ ਕੇ ਦੰਮੀ ਮਿਸਤਰੀਆਂ ਨਾਲ ਦਿਹਾੜੀ ਤੇ ਵਾਂ। ਓਕੇ ਹੋ ਗਿਆ ਬੂਜੀ, ਆਚਾਰ ਦੇ ਹੋਰ ਪਾ ਗਿਆ ਨਾ ਤੇ ਆਪਾਂ ਨੂੰ ਬਿਆਦਰੀ ਆਇਆ ਸਨ ਜੁੱਲੀ ਚਾਹ। ਇਵੇਂ ਜੁੱਲੀ ਚਾਹ ਆਪਾਂ ਲਮਾ ਦੇ ਜੁੱਲੀ ਚਾਹ, ਕੋ ਪੱਖੀ ਵਾਸ ਹੈ ਤੇ ਪੱਖੀ ਵਾਸ ਹੈ ਨਾ, ਚਾਰ ਜਾਈਆਂ ਕਦੀ ਕਿਦੂ ਲਾ ਕੇ ਡੋਡੋ ਕਰਦੇ ਬਨੇ ਤੇ ਕਦੀ ਕਿਦੂ ਲਾ ਕੇ। ਆਪਾਂ ਕੋ ਤੰਬੂ ਲਾ ਕੇ ਨਹੀਂ ਬੈਠੇ, ਆ ਸੋਹਣਾ ਘਰ ਹੈ, ਪੱਕਾ ਕੋਠਾ ਹੈ, ਆਪਾਂ ਨੂੰ ਕੋਈ ਬੰਦਾ ਇਹ ਗੱਲ ਕਰ ਹੀ ਨਹੀਂ ਸਕਦਾ, ਇਹ ਤੂੰ ਹੈ ਜਿਹੜੀ ਬਕਵਾਸ ਕਰਨ ਦੀ। ਜਦੋਂ ਕੋਈ ਗੱਲ ਕਰਨ ਤੇ ਆਵੇ ਨਾ ਤੇ ਕਿਸੇ ਦੇ ਮੂੰਹ ਤੇ ਹੱਥ ਨਹੀਂ ਦਿੱਤਾ ਜਾਂਦਾ, ਤੁਹਾਨੂੰ ਕੀ ਪਤਾ ਆਪਣੀ ਬਿਆਦਰੀ 'ਚ ਆਪਣੇ ਗੁੱਡੇ ਕੀ ਬਣਨੇ ਖਲੋਤੇ ਉਸ ਸੇ। ਉਹਨੂੰ ਬਿਰਾਦਰੀ ਨਾਲ ਕਹੀ, ਹੇ ਬਿਰਾਦਰੀ ਦਾ ਤਾਂ ਫਿਕਰ ਉਹਨੂੰ ਆਉਂਦਾ ਜੇ ਤਾਂ ਨੱਕ ਹੋਵੇ, ਇਹ ਬੇਨੱਕੇ ਨੂੰ ਕਹੀਏ ਵੀ ਜਿਹੜੇ ਪਿੰਡ 'ਚ ਬਹਿਨੇ ਉੱਥੋਂ ਦੋ ਮੰਜੀਆਂ ਲਾ ਕੇ ਤੇ ਰਾਤਾਂ ਗੁਜ਼ਾਰ ਕੇ ਮੁੜ ਅੱਗੇ ਪਿੰਡ ਲੱਭਦੇ ਵਧੇ ਨੇ। ਅੱਬੇ ਤੂੰ ਖੁਸ਼ ਕੀ ਸਮਝਦਾ, ਲੱਖ ਲਾਨਾ ਤੇ। ਮੇਰੇ ਕੋਲ ਤਾਂ ਅੱਬੇ ਦੇ ਨਾਲ ਰਲ ਕੇ ਲੁਹਾਰਾ ਦਿਖਾਉਣ ਵਾਲਾ ਕੰਮ ਹੁੰਦਾ ਨਹੀਂ, ਜਿਹੜਾ ਚੱਕ ਕੇ ਨਵਾਂ ਛੂਰ ਨਹੀਂ ਆਇਆ, ਮੈਂ ਤਾਂ ਉਹਦੇ ਨਾਲ ਰਲ ਕੇ ਮੱਝੀ ਗਾਂ ਦਾ ਵਪਾਰ ਕਰਨਾ। ਮੱਝੀ ਗਾਂ ਦਾ ਵਪਾਰ ਵਾਲਾ ਕੰਮ ਬੜਾ ਬਿਜ਼ਨਸਮੈਨ ਕੰਮ ਹੈ, ਤੇ ਆ ਜਿਹੜਾ ਤੂੰ ਦਿਖਾਉਣ ਵਾਲਾ ਕੰਮ ਕਰਨਾ ਹਰ ਬੰਦਾ ਹੀ ਚਾਗ ਕਰਦਾ, ਚੰਗਾ ਕਰ ਸੇ ਸਗੋ ਇਹ ਕੰਮ ਛੱਡ ਦੇ ਸੇ ਨਾ ਤੇ ਕੋਈ ਨਾ ਉੱਚਾ ਹੋ ਜਾ ਸੀ ਤੇਰਾ। ਕਮਲੀ ਬਣਾਇਓ ਛੂਰ, ਮੈਂ ਲਾਮੂ ਢੋਰ ਸਸਤੇ ਲੈ ਲੈ ਕਰਸਾ, ਉਹਨੂੰ ਆਖਿਆ ਕਰਸਾ ਮੰਗੇ ਨੂੰ, ਉਹਦੇ ਕੋਲ ਅੱਧੇ ਵੀ ਪੈਸੇ ਲੈ ਲੈ ਕਰਸਾ ਤੇ ਜਿਹੜਾ ਮੁਨਾਫਾ ਹੈ ਉਹ ਵੀ ਉਹਦੇ ਨਾਲ ਵੱਧ ਵੱਧ ਕੀਤਾ ਕਰਸਾ। ਹਾਂ ਸ਼ੋਕੀ ਤੂੰ ਬਿਲਕੁਲ ਠੀਕ ਆਖਦਾ ਪਿਆ, ਕੰਮ ਇਨਸਾਨ ਨੂੰ ਉਹ ਕਰਨਾ ਚਾਹੀਦਾ ਜਿਹਦੇ ਵਿੱਚ ਫਾਇਦਾ ਹੋਵੇ, ਇਸ ਕੰਮ 'ਚ ਤੈਨੂੰ ਫਾਇਦਾ ਦਿਸਦਾ ਪਿਆ ਨਾ, ਤੂੰ ਇਹ ਕੰਮ ਕਰ, ਮੇਰੀ ਸਪੋਰਟ ਤੇਰੇ ਨਾਲ ਹੈ। ਚਲੀਏ ਉਹਨੂੰ ਆਖਣਾ ਵੀ ਵਪਾਰ ਦਾ ਕੰਮ ਸ਼ੁਰੂ ਕਰੀਏ। ਚੱਲ ਅੱਬਾ, ਸਿਰ ਨੂੰ ਬੜੀ ਪੀੜ ਚੜੀ ਖਲੀ, ਥੋੜ੍ਹੀ ਜਿਹਾ ਤੇਲ ਨਹੀਂ ਮਰਿੰਦਾ ਪੁੱਤਰ? ਤੇਲ ਵਾਲਾ ਤਜਰਬਾ ਮੇਰਾ ਕੋਈ ਨਹੀਂ, ਤੇ ਖਲਿਆਂ ਦਾ ਬਹੁਤ ਤਜਰਬਾ ਹੈ ਉਹ ਮਾਰਾ। ਨਹੀਂ ਮੋਰ ਰਾਮ ਜਾ, ਕੀ ਹਾਲ ਹੈ? ਠੀਕ ਠੀਕ ਦਵਾਵਾਂ। ਤੂੰ ਮੈਨੂੰ ਆਉਂਦਾ ਪਿਆ ਨਾ ਵੀ ਕੱਲ੍ਹ ਆਪਾਂ ਵਪਾਰ ਕਰੀਏ? ਹਾਂ ਹਾਂ, ਤੂੰ ਕੀ ਖਿਆਲ ਹੈ ਮੁੜ ਤੇਰਾ? ਮੈਂ ਤਾਂ ਸਲਾਹ ਬਣਾਈ ਬੈਠਾ, ਜਿਹੜਾ ਮੇਰਾ ਪਿਓ ਬੈਠਾ ਨਾ ਇਹ ਕੋ ਵਿੱਚ ਨਵਾਂ ਲੋਚਤਾ ਲਈ ਖਲਾ। ਤੇਰਾ ਪਿਓ ਕੀ ਆਉਂਦਾ? ਇਹ ਆਉਂਦਾ ਤੂੰ ਵਪਾਰ ਵਾਲਾ ਕਾਰੋਬਾਰ ਨਾ ਕਰ, ਤੂੰ ਮਿਸਤਰੀਆਂ ਦੇ ਮਗਰ ਬੱਠਲ ਚਾ। ਕਿਉਂ ਚਾਚਾ, ਤੇਰਾ ਅਕਲ ਤਾਂ ਨਹੀਂ ਖਰਾਬ ਹੈ? ਉਹ ਸ਼ਵਾਰ ਨੂੰ ਸ਼ਹਿਨਸ਼ਾਹੀ ਕੰਮ ਛਡਾ ਕੇ ਮਿਸਤਰੀਆਂ ਦੇ ਮਗਰ ਬੱਠਲ ਚਵਾਉਂ? ਉਹ ਮੇਰੇ ਪੋਤਰੇ, ਵਪਾਰ ਵਾਲਾ ਕੰਮ ਕੋਈ ਸੌਖਾ ਨਹੀਂ। ਇੱਕ ਮੇਰਾ ਬੇਲੀ ਆਈ ਤੇ ਉਹਦੇ ਛੂਰ ਕੀਤਾ ਵਪਾਰ,
ਉਹਨੂੰ ਵਪਾਰ ਵਿੱਚ ਪੈ ਗਿਆ ਘਾਟਾ ਤੇ ਦਰ ਬਦਰ ਠੋਕਰਾਂ ਅੱਜ ਤਾਈਂ ਖਾਂਦੇ ਵਦੇ ਨੇ। ਹੈ ਚਾਚਾ ਉਹਨਾਂ ਤੋਂ ਕੋਈ ਟਿਕਾਣਾ ਨਹੀਂ ਬਣਿਆ, ਹਰੇ ਤਾਂ ਕੁਚਲੇ ਵੰਦੇ ਨੇ। ਮੇਰੀ ਭੈਣ ਨਾਂਦਾ ਕਿੱਥੇ ਟਿਕਾਣਾ ਬਣਦਾ, ਆ ਉਚਲਣਾ ਹੀ ਆਨੇ ਤਾਂ ਸਾਰੀ ਜ਼ਿੰਦਗੀ ਉਚਲਦਾ ਹੀ ਵਸੇ। ਐਵੇਂ ਨਾ ਆਖ ਭੈਣ, ਉਹਨਾਂ ਦਾ ਤਜਰਬਾ ਕੋਈ ਨਾ ਸੀ, ਤੇਰੇ ਸਾਈਂ ਦਾ ਤਾਂ ਹੋ ਸਕਦਾ ਤਜਰਬਾ ਹੋਵੇ। ਮੇਰੀ ਭੈਣ ਇਹ ਸਭ ਗੋਲ ਤਾਂ ਨਾ ਫਰੋਲ, ਮੇਰਾ ਸਾਈਂ ਧੋਤੀ ਹੋਈ ਚਗਾਲੀ ਨੇ। ਅਸੀਂ ਲੋਕਾਂ ਸ਼ੌਕੀ ਹੈ ਤਾਂ ਮੁੜ ਨਾ ਫਨਾ ਕੀਤੀ ਖਲੋਤੇ ਨੇ ਗੱਲ ਨੂੰ, ਮੈਂ ਤਾਂ ਸਿੱਧੇ ਕਰ ਛੱਡੀ ਤੇ ਨਾ ਫਨਾ ਰੋਲਾ ਹੀ ਕੋਈ ਨਾ। ਬੜਿਆ ਨਹੀਂ ਗਾਟਾ ਹੁੰਦਾ, ਤੂੰ ਅਗਰ ਮਿੰਟ ਮਾਰ ਕੇ ਜਿਹੜੇ ਤੇਰੇ ਕੋਲ ਚਾਰ ਆਨੇ ਹੈ ਨਾ, ਦੇ ਤੇ ਆਪਾਂ ਚੱਲੀਏ ਡੋਰ ਖਰੀਦੇ। ਚਲੋ ਠੀਕ ਹੈ ਅੱਬੂ ਜੀ, ਮੁੜ ਮੈਂ ਥਾਪੜਾ ਮਾਰ ਛੱਡੋ, ਮੈਂ ਜਾਵਾਂ ਕੰਮ ਤੇ। ਹੱਥ ਨੀਰਾ ਥਾਪੜਾ ਇਹਨਾਂ ਨਾ ਮਰਾ, ਉਹਨਾਂ ਕੋਲ ਪੈਸੇ ਵੀ ਲਾ ਲਾ, ਉਹ ਰੱਖ ਦੇ ਡੇਢ ਡੇਢ ਲੱਖ। ਛੂਹਰ ਬੈਠਾ ਨਾ, ਇਹ ਵਪਾਰ ਤਾਂ ਮੇਰੇ ਜਿਤਨਾ ਹੀ ਜਾਣਦਾ। ਅਸੀਂ ਦੋਵੇਂ ਰਲ ਕੇ ਡੰਗਾ ਡੂੰਗਾ ਲਿਸਾ ਨਾ, ਸਾਡੀ ਚੋਣ ਘਰ ਦਾ ਸਰਕਟ ਰੇੜ ਜਾ ਸੀ। ਉਹ ਮੇਰਾ ਵੀਰਾ, ਇਹ ਤੇਰਾ ਪਿਓ ਨਾ ਬੱਠਲ ਚਵਾ ਚਵਾ ਕੇ ਤੈਨੂੰ ਦੋਪਹਿਰ ਉਹ ਨੀ ਮਾਰੂਗਾ। ਉਹ ਛੋਰਾ ਜੇ ਵਪਾਰ ਕਰਨਾ ਇਹਨਾਂ ਦੇ ਆਪਣੀ ਜੇਬ ਵਿੱਚ ਪੈਸੇ ਲਾ, ਮੈਂ ਇਹਨੂੰ ਟੱਕਾ ਹੀ ਨਹੀਂ ਦਿੰਦਾ, ਉਹ ਦਿਹਾੜੀਆਂ ਮੈਂ ਇਸ ਤੋਂ ਕਰਵਾਈ ਸਾਂ। ਬਾਈ ਭੂਤਨਿਆ ਇੱਕ ਵਾਰੀ ਸਾਈਡ ਤੇ ਆ ਕੇ ਮੇਰੀ ਗੱਲ ਸੁਣੇ ਨਾ। ਚੱਲ ਟੋਰ ਸੁਣ ਲੈਣਾ ਤੇਰੀ ਗੱਲ। ਬਾਜਾ ਬਾਜਾ ਤੂੰ ਸੁਣਾ ਭੈਣ, ਤੁਹਾਡਾ ਇੱਥੇ ਦਿਲ ਲੱਗ ਗਿਆ? ਮੇਰੀ ਭੈਣ ਦਿਲ ਲੱਗੇ ਜਾਂ ਨਾ ਲੱਗੇ, ਜਿਹੜੀ ਵੈਦਨ ਦੇ ਸੀ ਵਾਣੇ ਮੰਨਿਆ, ਦਿਲ ਤਾਂ ਲਾਉਣਾ ਹੀ ਲਾਉਣਾ। ਜੀ ਬਾਈ ਫਰਮਾਓ। ਗੱਲ ਮੈਂ ਤੇਰੇ ਨਾਲ ਇਹ ਕਰਨ ਆਇਆ, ਜਿਹੜਾ ਤੇਰਾ ਪਿਓ ਨਹੀਂ ਹੈ, ਇਹ ਤੈਨੂੰ ਕਾਰੋਬਾਰ ਵਾਸਤੇ ਪੈਸੇ ਕਿਉਂ ਨਹੀਂ ਦਿੰਦਾ ਪਿਆ? ਉਹ ਯਾਰ ਤੇਰੇ ਆਵਣ ਤੋਂ ਪਹਿਲੇ ਮੇਰੇ ਨਾਲ ਲੜਿਆ, ਬੈਠਾ ਹੀ ਕਾਵੜਿਆ, ਪੈਸੇ ਮੰਗਣ ਨੂੰ ਤਾਂ ਨਹੀਂ ਦਿੱਤੇ। ਅੱਛਾ ਤੇਰੇ ਇੱਥੇ ਤਲਕ ਵਾਸਤੇ ਤਾਂ ਰਾਜੋ ਸੀ ਨਾ? ਉਹ ਆਪਣੇ ਬੜੀ ਇਸ ਚਾਕੇ 'ਚ ਬਣੀ ਹੋਈ ਹੈ, ਬਲਕਿ ਪੂਰੇ ਇਲਾਕੇ 'ਚ ਤੇ ਬਸ ਮੋੜ ਤਾਂ ਰੋਲਾ ਹੀ ਮੋਕ ਗਿਆ ਕੇ। ਤੂੰ ਕਾਰੇ ਤੇ ਡੰਗਰ ਲੈਣਾ ਲਾਓ, ਆਪਾਂ ਉਹ ਦਿੰਦੇ ਹਾਂ ਮੰਡੀ 'ਚ ਵੇਚ, ਜਿਹੜੇ ਵੇਚ ਕੇ ਮਸਾ ਮੇਰੇ ਘਰ, ਤੇ ਅੱਬੇ ਨੂੰ ਜਾ ਪੈਸੇ ਮੈਂ ਵਿਖਾਵਣੇ ਨਾ, ਤੇ ਸਾਡੇ ਵੱਲ ਕਮ ਸੇ ਕਮ 20-25 ਲੱਖ ਰੁਪਇਆ ਪਿਆ, ਉਹ ਚਾਹ ਕੇ ਮੇਰੇ ਪਿਓ ਮਹਿੰਜ ਦੇਵਣੋ ਸਕਣਾ ਪੋਤਰੇ ਲਾ ਖੁੱਲਾ ਵਪਾਰ ਦਾ ਕਾਰੋਬਾਰ ਕਰ। ਅੱਛਾ ਜੇ ਇਹ ਗੱਲ ਹੈ ਤਾਂ ਮੁੜ ਆਪਾਂ ਇਸ ਚਾਕੂ 'ਚ ਪੂਰਾ ਡਰੱਗ ਮਾਰ ਲੈਂਦੇ ਹਾਂ ਡੰਗਰਾਂ ਦਾ, ਉੱਥੇ ਜਾ ਕੇ ਮੰਡੀ ਤੇ ਵੇਚ ਆਉਂਦਾ, ਤੇ ਤੇਰੇ ਪਿਓ ਨੂੰ ਪੈਸੇ ਵੀ ਖਾਈਣਾ, ਤੇ ਉਹਦੇ ਕੋਲ ਹੋਰ ਪੈਸੇ ਲੈ ਲਈ ਸਾਂ। ਤੇ ਬਸ ਠੀਕ ਹੈ, ਜਿੰਨਾ ਕਿ ਤੂੰ ਕਾਰੇ ਤੇ ਡੰਗਰ ਲੈ ਸਕਣਾ ਨਾ, ਤੂੰ ਲੈ ਲੈ ਉਹ ਰਾਜਾ। ਹਾਂ ਬਈ ਕੇ ਚੋਰੀ ਚੋਰੀ ਮਸ਼ਵਰੇ ਹੋ ਰਹੇ? ਨਹੀਂ ਨਹੀਂ ਕੋਈ ਮਸ਼ਵਰਾ ਵੀ ਨਹੀਂ, ਵੈਸੇ ਕੋਈ ਗੱਲ ਕੀਤੀ ਥੋੜੀ। ਕਿੱਥੇ ਗਈ ਤੇਰੀ ਭਰਜਾਈ? ਅੰਦਰ ਵਧੀ ਹੋਸੇ ਸਨਮੀਆ, ਔਰ ਬਾਹਰ ਆ ਆ ਚਲੀਏ ਘਰੇ। ਕੰਮ ਹੋ ਗਿਆ? ਕੰਮ ਕੀ ਆ ਜਿਹੜਾ ਤੁਸੀਂ ਮਸ਼ਵਰਾ ਕਰਦੇ ਪਿਆ ਹੋ? ਤੂੰ ਆ ਕੇ ਘਰੇ ਚੱਲ, ਤੈਨੂੰ ਦੱਸਣਾ। ਹਾਂ ਹਾਂ ਚਲੋ ਚਲੋ ਚੰਗਾ ਚੰਗਾ। ਬੁੱਤਨਾ ਤੂੰ ਕਿਧਰ? ਮੈਂ ਅਮਦਾ ਪਿਆ ਬੇਲੀ, ਮੈਨੂੰ ਧਿਆਨ ਕੀਤਾ ਆਂਦਾ ਮੇਰੇ ਘਰ ਆ ਚਾਹ ਪੀ ਕੇ ਆ ਜਾ, ਮੈਂ ਹੁਣੇ ਆਇਆ ਪਰੇਸ਼ਾਨ। ਨਵੀਂ ਸਾਹਿਬ ਆ ਬੰਦਾ ਵੇਖਦੇ ਪਏ ਨੇ? ਉਹ ਤੇ ਮੈਂ ਰਲ ਕੇ ਖਰੀਦੇ ਪਿਆ ਤੇਰੇ ਕੋਲ ਮਾਲ। ਅੱਛਾ ਤੇ ਮਾਲ ਦਾ ਜਿਹੜਾ ਰੇਟ ਉਹ ਤੂੰ ਆਪਦੀ ਮਰਜ਼ੀ ਦਾ ਲਾ ਲਵੀਂ, ਠੀਕ ਹੈ? ਤੇ ਜਿਹੜਾ ਮੇਰਾ ਕਮਿਸ਼ਨ ਹੈ ਉਹ ਤੂੰ ਰੱਖ ਲੈਣਾ। ਕਮਿਸ਼ਨ ਤੇ ਤੇਰਾ ਰੱਖ ਲਈ ਸਾਂ, ਪੇਮੈਂਟ ਨਗਦ ਦੇਓਗੇ ਜਾਂ ਉਧਾਰ ਕਰੋਗੇ? ਨਹੀਂ ਨਹੀਂ ਪੇਮੈਂਟ ਤੈਨੂੰ ਨਗਦ ਕੋਈ ਨਹੀਂ ਦੇਣੀ, ਅਸਾਂ ਮਾਲ ਵੇਚ ਕੇ ਦੇਣੀ। ਇਹ ਇੱਕ ਕਿਸਮ ਦਾ ਤੇਰੇ ਕੋਲ ਅਸੀਂ ਮਾਲ ਲੈਂਦੇ ਪਿਆ ਉਧਾਰੇ, ਜ਼ਿੰਮੇਵਾਰੀ ਮੇਰੀ ਹੋ। ਚਲੋ ਠੀਕ ਹੈ, ਮੈਂ ਤੈਨੂੰ ਜਾਣਦਾ ਨਹੀਂ, ਕੱਲ ਨੂੰ ਮੈਂ ਤੇਰੇ ਕੋਲ ਤਾਂ ਮਾਲ ਲੈਣਾ ਹੀ ਹੈ। ਠੀਕ ਹੈ, ਪੈਸੇ ਤੂੰ ਮੇਰੇ ਕੋਲ ਲੈ ਲਵੀਂ, ਉਹ ਟੈਨਸ਼ਨ ਨਹੀਂ ਲੈਣੀ, ਮਾਲ ਆਪਾਂ ਉਹਨੂੰ ਦੇਣਾ। ਠੀਕ ਹੋ ਗਿਆ। ਤੇ ਜਿਹੜੀ ਮੈਂ ਤੈਨੂੰ ਗੱਲ ਕੀਤੀ ਉਹ ਯਾਦ ਰੱਖ। ਮੈਨੂੰ ਯਾਦ ਹੈ। ਠੀਕ ਬਾਈ ਭੂਤਨਾ ਸਾਹਿਬ। ਜੀ ਜੀ ਗੱਲ ਹੋ ਗਈ। ਕਿਵੇਂ ਮੁੱਕੀ ਹੈ? ਮੁੱਕੀ ਇਸ ਤਰੀਕੇ ਬਾਈ, ਉਸ ਮਾਲ ਦਾ ਰੇਟ ਆ ਕਿਆ, ਮਾਲ ਮੰਗ ਹੈ ਤਾਂ ਮੈਂ ਆਪਦੀ ਮਰਜ਼ੀ ਨਾਲ ਰੇਟ ਲਾ। ਚਲੋ ਕੋਈ ਗੱਲ ਨਹੀਂ, ਤੂੰ ਬਾਈ ਦੱਸ ਇਹ ਸਮਾਜ ਤੋਂ ਕਿੰਨਾ ਮੰਗਣਾ? 5 ਲੱਖ।
ਨਿਜ਼ਾਮ ਚਲਾਵਣਾ ਨਵੀਂ ਸਾਹਿਬ ਥੋੜਾ ਜਿਹਾ ਹੱਥ ਹੌਲਾ ਰੱਖ ਕਿਉਂਕਿ ਆਪਣੇ ਕੋਲ ਆਇਆ ਮਹਿਮਾਨ 5 ਲੱਖ ਰੁਪਇਆ ਕੋਈ ਨੀ 4.80 ਤੈਨੂੰ ਅਸੀਂ ਸਮਝਦਾ ਦਿਸਾਂ ਇਹ ਸਿਰਫ 20,000 ਛਡਾਈ ਖਲਾ ਉਹ ਮੀਆਂ ਸਾਹਿਬ 20,000 ਵੀ ਦੇ ਮੂੰਹ ਨੂੰ ਮੈਂ ਛੱਡੀ ਖਲਾ ਮੈਂ ਤੁਹਾਨੂੰ ਦਾ ਪੈਂ ਦਾ 5 ਲੱਖ ਰੁਪਇਆ ਮੈਂ ਨਗਦ ਦਿੰਦਾ ਲੇਕਿਨ ਉਹਦਾ ਮੈਨੂੰ ਮਜਬੂਰੀ ਕੋਈ ਨਹੀਂ ਹੁਣ ਮੈਨੂੰ ਮਜਬੂਰੀ ਬਣੀ ਨਾ ਸ਼ੌਕਿੰਗ ਮੈਂ ਟਾਲ ਨਹੀਂ ਸਕਦਾ ਪਿਛਾ ਭਾਈ ਜਾਨ ਮੈਂ ਤੈਨੂੰ ਦੇਵਣਾ 4.5 ਲੱਖ ਜੀ ਤੇਰਾ ਦਿਲ ਮੰਦਾ ਤਾਂ ਦੇ ਚਾ ਨਹੀਂ ਤੇ ਤੇਰੀ ਸ਼ਾਇਦ ਤੇਰੇ ਕੋਲ ਖਲੋਤੀ ਉਹ ਤੂੰ ਕਿਹੜੀ ਨਗਦ ਲੈਂਦਾ ਪੈ 4.5 ਲੱਖ ਰੁਪਇਆ ਦੇ ਤੇ ਨਗਦ ਲੈ ਜਾ ਉਤਨਾ ਸਾਹਿਬ ਉਹ ਆਪਾਂ ਕਿਹੜੇ ਉਹਨੂੰ ਨਗਦ ਪੈਸੇ ਦੇਦੇ ਪਿਆ ਜਿਹੜਾ ਆਪਾਂ ਉਹਨੂੰ ਇਤਨਾ ਗੋਟੂ ਦੇ ਵੀ ਇਹ ਇਵੇਂ ਸੌਦਾ ਹੋਣਾ 4.80 ਦੀ ਮਾਝ ਵਾਰੇ ਚ ਹੀ ਤਾਂ ਮੈਂ ਉਹਨੂੰ ਆਖਣਾ ਨਹੀਂ ਤਾਂ ਮੁੜ ਜਵਾਬ ਚ ਦੇ ਨਹੀਂ ਜਵਾਬ ਮੁੜ ਕੀ ਦੇਵਣਾ ਬਾਈ ਇਹ 4.80 ਚ ਮੈਨੂੰ ਆਮ ਮੀਨ ਇਸ ਤੋਂ ਇਲਾਵਾ ਕੋਈ ਹੋਰ ਡੰਗਰ ਵਿਕਾਊ ਖਲਾ ਹਾਂ ਖਲਾ ਇਹ ਗਾਂ ਖਲੀ ਆਸਟ੍ਰੇਲੀਆ ਦੀ ਆ ਇੱਕ ਸਾਹਿਵਾਲ ਦੀ ਨਸਲ ਦੀ ਗਾਂ ਖਲੀ 9 ਕਿਲੋ ਦਾ ਦੁੱਧ ਦੇ 8 ਕਿਲੋ ਦਾ ਦੁੱਧ ਮੈਂ ਤੁਹਾਨੂੰ ਤਸੱਲੀ ਕਰ ਲਾ ਉਤਨਾ ਸਾਹਿਬ ਆ ਜਿਹੜੀ ਗਾਂ ਰੱਤੀ ਤੈਨੂੰ ਨਿਗੇ ਆਉਂਦੀ ਪਈ ਉਹਨੂੰ ਤਸੱਲੀ ਨਾਲ ਚੈੱਕ ਕਰ ਲਾ ਮੁੜ ਐਂ ਨਾ ਮੈਨੂੰ ਬਾਅਦ ਚੱਕ ਕੀ ਜਾਂ ਬੁੱਢੀ ਆ ਜਾਂ ਉਹਦੇ ਸਿੰਘ ਵੱਡੇ ਆ ਤੇ ਮੈਂ ਤਸੱਲੀ ਕਰਕੇ ਮਾਲ ਲੈਣਾ ਮੈਂ ਕੋ ਥੋੜੀ ਲੈਣਾ ਭਾਈ ਜਾਨ ਜਿਹੜੀ ਉਹ ਸਾਹਮਣੇ ਗਾਂ ਖਲੀ ਹੈ ਇਹਦੇ ਹੇਠ ਵੱਛੀ ਹੈ ਕਿ ਵੱਛਾ ਹੈ ਇਹਦੇ ਥੱਲੇ ਵੱਛਾ ਹੈ ਅੱਛਾ ਤੇ ਜਿਹੜੀ ਇਹ ਗਾਂ ਖਲੀ ਹੈ ਇਹਦੇ ਥੱਲੇ ਵੱਛੀ ਅਗਲੇ ਦੇ ਵਪਾਰੀ 7 ਲੱਖ ਰੁਪਇਆ ਦੋਵਾਂ ਦਿੰਦੇ ਰਹਿਣ ਮੈਂ ਨਹੀਂ ਦਿੱਤੀ ਗਾਂ ਥੋੜ੍ਹੀ ਜਿਹੀ ਅਥਰੀ ਹੈ ਹਰਕਤ ਕਰਨਦੀ ਮਾਰਨ ਮੂਹਰਨ ਵਾਲੀ ਚਲੋ ਲੈਣੀ ਤਾਂ ਹੈ ਜੀ ਸਰ ਨਾ ਨਾ ਗਲਤੀ ਨਾ ਕਰੀ ਹਾਂ ਭਾਈ ਆਈਏ ਪਾਸ ਕੇ ਨਹੀਂ ਗਾਂ ਇਹ ਗਾਂ ਤਾਂ ਮੈਨੂੰ ਪਾਸ ਆ ਗਈ ਹੈ ਇਹ ਮੱਝ ਵੀ ਆ ਗਈ ਜਿਹੜੀ ਉਹ ਸਾਹਵੇਂ ਗਾਂ ਖਲੋਤੀ ਹੈ ਨਾ ਉਹ ਮੈਨੂੰ ਇੰਨੇ ਪੈਸਿਆਂ 'ਚ ਮਾਰੇ ਨੇ ਉਹ ਤਾਂ ਨਿਰੀ ਹੱਡੀਆਂ ਦੀ ਮੁੱਠ ਹੈ ਤੂੰ ਐਂ ਨਹੀਂ ਕਹਿੰਦਾ ਦੋਵੇਂ ਲੈ ਜਾ ਸਿੱਧੀ ਛੱਡੀ ਯਾਰ ਇਹ ਤਾਂ ਕੋਈ ਗੱਲ ਨਾ ਨਾ ਯਾਰ ਬਾਈ ਮੈਂ ਤੇਰੇ ਕੋਲ ਲੈ ਕੇ ਜਾਵਣੀ ਹੈ ਅਸੀਂ ਲਾਇ ਤਰੇ ਲੈਨੇ ਆ ਤੇ ਉਹਦਾ ਥੋੜੇ ਰੇਟ ਡਾਊਨ ਕਰ ਉਹਦਾ ਰੇਟ ਅਗੇ 7 ਦੱਸਿਆ ਤੁਹਾਨੂੰ ਤੁਸੀਂ ਇਹਨਾਂ ਦੋਵਾਂ 6.5 ਦੇ ਦੇ ਨਹੀਂ ਪੂਰਾ 6 ਬਾਈ ਦਸਾਂ ਚੌਕੀ ਯਾਰ ਤੂੰ ਵੀ ਗੱਲ ਕਰਨਾ ਬਾਈ ਚੱਲ ਨੌਮੀ ਸਾਹਿਬ ਪਰ ਜਾਵਾਂਗੇ 6 ਸਹੀ ਹਨ ਦੋਵੇਂ ਚਲੋ ਠੀਕ ਹੈ ਬਿਸਮਿਲ੍ਲਾ ਕਰੋ ਲੈ ਜੀ ਖੋਲ ਸਕਨਾ ਖੋਲ ਸਕ 2,80,000 ਰੁਪਇਆ ਤੈਨੂੰ ਅਸਾਂ ਹੋਰ ਦੇਣਾ ਹੈ ਠੀਕ ਹੈ ਠੀਕ ਹੈ ਖੋਲ ਦਾ 15 ਦੇ ਦੇ ਮੈਂ ਵੀਜ਼ਾ ਅੱਜ ਪਤਾ ਬਾਹਰ ਜਾਵਾਂ ਉਹ ਦੇ ਦਿਸਾਂ ਯਾਰ ਪੈਸੇ ਤੇਰੇ ਨਹੀਂ ਖੜਿੰਦੇ ਆ ਸ਼ੌਕੀ ਮਾਚ ਤਾਂ ਮੇਰੇ ਘਰ ਤੱਕ ਕਪੜਾ ਮੀ ਜਾ ਗਾਂ ਮੋੜ ਮੈਂ ਆ ਕੇ ਖੋਲ ਜਾਂਗਾ ਯਾਰ ਮੈਨੂੰ ਇਹ ਗੱਲ ਦੱਸੋ ਮੈਂ ਸਾਰਾ ਰਾਹ ਤੁਹਾਡੇ ਕੋਲ ਪੁੱਛਦਾ ਆ ਵੀ ਤੁਸੀਂ ਜਾਣਾ ਕਿਤੇ ਹੁਣ ਇੱਥੇ ਕਿਤੇ ਆਏ ਕਲੇ ਨੇ ਸਾਰਾ ਪਿੰਡ ਤੇ ਮੇਰੇ ਜਾਣਾ ਨਾਲ ਉਹ ਤੇਰਾ ਭਾਵੇਂ ਪਿੰਡ ਜਾਣਾ ਨਾਲ ਹੈ ਹੁਣ ਤੂੰ ਇੱਥੇ ਅੱਪੜ ਆਇਆ ਨਾ ਤੈਨੂੰ ਦੱਸ ਲੈਨੇ ਆ ਜਿਹੜਾ ਤੂੰ ਤੇ ਭੂਤ ਨੇ ਮਾਲ ਰਲ ਕੇ ਖਰੀਦਿਆ ਕੁਰਬਾਨੀ ਦਾ ਉਹਦਾ ਚੇਤਾ ਆਇਆ ਹੀ ਕੋਈ ਨਹੀਂ ਆ ਗਿਆ ਚੇਤਾ ਹਾਂ ਤੇ ਉਹ ਪੈਸੇ ਜਿਹੜੇ ਲੈ ਕੇ ਨਸੇ ਨੇ ਅਹੀਂ ਅੱਗੇ ਲੱਗ ਚੱਲ ਅੱਛਾ2 ਲੱਖ ਰੁਪਇਆ ਲੁਕਾਈ ਵਧਾ ਕੱਲ ਨੂੰ ਮੈਂ ਮਰਾਂ ਤੇ ਤੁਸੀਂ ਜ਼ਲੀਲ ਨਾ ਹੋਵੋ ਅੱਬਾ ਇਹ ਤਾਂ ਤੂੰ ਬਿਲਕੁਲ ਚੰਗਾ ਕੀਤੀ ਮੈਨਾਂ ਤਾਂ ਖੁਦਾ ਦਾ ਨਾ ਮੈਂ ਤੇਰੀ ਦਾੜੀ ਨੂੰ ਹੱਥ ਲੈਣੀ ਆ ਤੇ ਪੋਤਰ ਤੋਂ ਬਚਾਵੀ
ਬਸ ਤੈਨੂੰ ਹੁਣ ਪਤਾ ਲੱਗਾ ਤੇ ਤੂੰ ਵੀ ਮੁਸ਼ਕ ਨਹੀਂ ਕਰਨਾ। ਮੇਰੇ ਵੱਲ ਬੇਫਿਕਰ ਹੋ ਜਾ ਮੈਂ। ਚਾਚਾ ਕਿੱਥੇ ਹੈ ਤੇਰਾ ਪੁੱਤਰ? ਉਹ ਮੇਰਾ ਪੁੱਤਰ ਕੀ ਹਾਲ ਹੈ? ਹਾਲ ਨੂੰ ਛੱਡ, ਮਿਲੇ ਹੋਇਆ ਤੈਨੂੰ, ਤੇਰਾ ਪੁੱਤਰ ਕਿੱਥੇ? ਅਸੀਂ ਉਸੇ ਦੇ ਪਰ ਪਰੇਸ਼ਾਨ ਹੈ, ਸਾਨੂੰ ਤਾਂ ਕਿਦਾਂ ਨਹੀਂ ਉਹਦੀ ਖਬਰ ਮਿਲੀ, ਅੱਜ ਡੇਢ ਮਹੀਨਾ ਹੋ ਗਿਆ। ਤੋਬਾ ਤੋਬਾ ਤੋਬਾ, ਕਿੱਡੇ ਕੂੜ ਮਾਰੀ ਜਾਂਦਾ ਬੱਗੀ ਦਾੜੀ ਨਾਲ। ਪਿਛਲੇ ਜੁਮੇ ਤੇ ਮੈਂ ਵਧਾਈ ਲਵਣ ਆਈ ਆ ਇਸ ਪਿੰਡ ਦੇ ਵਿੱਚ ਤੇ ਤੇਰੇ ਪੁੱਤਰ ਨੂੰ ਮੈਂ ਟੱਕਰ ਕੇ ਗਈ ਆ। ਅੱਛਾ, ਤੇ ਇਹਦਾ ਮਤਲਬ ਇਹ ਇਸ ਗੈਂਗ ਦਾ ਤੂੰ ਲੀਡਰ ਹੈ ਜਿਹੜਾ ਲੈ ਕੇ ਆਇਆ ਇਹਨਾਂ ਨੂੰ ਨਾਲ? ਇਹ ਨਹੀਂ ਲੈ ਕੇ ਆਇਆ, ਇਹਦੀ ਮਿਹਰਬਾਨੀ, ਇਹਨੇ ਸਾਨੂੰ ਦੱਸ ਛੱਡਿਆ ਤੇ ਲੱਭ ਅਸੀਂ ਲੈਣਾ ਸੀ, ਫਿਰ ਵੀ ਜੇ ਨਾ ਵੀ ਦੱਸਦਾ ਤੇ। ਚਲੋ ਮਾਸੀ ਜੀ, ਉਹਦੀ ਮਿਹਰਬਾਨੀ, ਜਾਂ ਤੁਸੀਂ ਆਪੇ ਆਏ ਨੇ, ਅਸੀਂ ਹੁਣ ਕਿਦਾਂ ਹੀ ਨਹੀਂ ਬਜਨੇ ਆ। ਇੱਥੇ ਬਹਿ ਜਾਓ, ਰੋਟੀ ਪਾਣੀ ਖਾ ਲਓ ਤੇ ਆਪਾਂ ਸਿਆਸ ਨਾਲ ਗੱਲ ਕਰ ਲੈਂਦੇ। ਦੇਖ ਲੈ, ਬਹਿ ਜਾਓ ਤੇ ਰੋਟੀ ਪਾਣੀ ਖਾ ਲਓ। ਓਏ, ਐਸਾ ਕੋਈ ਛੁਆਰ ਦਾ ਰਿਸ਼ਤਾ ਕਰਨ ਆਇਆ ਇੱਥੇ ਜੋ ਰੋਟੀ ਪਾਣੀ ਖਾ ਲਓ? ਆਦੇ ਬੰਦੇ ਨੂੰ ਸਾਡੇ ਸਾਡੇ ਪੈਸੇ ਦੇ, ਗਰੀਬਾਂ ਦੇ ਡੂਢ ਮਹੀਨਾ ਹੋ ਗਿਆ ਰੁੜਦਿਆਂ ਨੂੰ ਤੁਹਾਡੇ ਮਗਰ, ਹਰ ਚੱਕ ਕੇ ਤੇ ਇਹਦੀ ਮਿਹਰਬਾਨੀ ਜਿਹੜੇ ਸਾਨੂੰ ਸਿੱਧਾ ਰਾਹ 'ਚ ਵੀ ਖਾਇਆ। ਚਾਚਾ ਐ ਹੀਚ ਰਿਹਾ ਯਗੜ ਕੇ, ਤੁਹਾਨੂੰ ਪੈਸੇ ਕੋਈ ਨਹੀਂ ਲੱਭਣੇ ਨੇ, ਐਵੇਂ ਗੰਦਾ ਜੇ ਚੱਕ ਕੇ ਤੂੰ ਨਾ ਤੁਹਾਡੀ ਫੇਰ ਕਾਢ ਛੱਡਣੀ। ਬਿੱਲੋ ਮੱਠੀ ਪਾਇਆ ਜੇ ਚੱਕ ਵਾਲੇ ਗੰਦੇ ਨੇ ਤਾਂ ਚੰਗੇ ਆ, ਸਾਈ ਕੋਈ ਨਹੀਂ ਆ, ਸਾਡੇ ਹੀ ਹੱਥੇ ਨੇ ਪਾਏ। ਮੇਰੀ ਭੈਣ, ਤੁਸੀਂ ਮੁੜ ਸਾਨੂੰ ਕਤਲ ਕਰਨ ਆਏ ਨੇ, ਸਾਨੂੰ ਮਾਰਨ ਵਾਸਤੇ ਆਏ ਨੇ, ਜਦੋਂ ਤੁਹਾਨੂੰ ਇੱਕ ਹੀ ਆਖ ਛੱਡਿਆ ਵੀ ਅਸੈਸ ਨਾਲ ਗੱਲ ਕਰਦੇ ਹੋ ਤਾਂ ਮੁੱਕ ਜਾਂਦੀ ਗੱਲ। ਅਸੈਸ ਨਾਲ ਤੂੰ ਕਰਨ ਵਾਲੀ ਆਉਂਦੀ ਨਾ ਤਾਂ ਤੂੰ ਘਰੇ ਸਾਨੂੰ ਪੈਸੇ ਦੇ ਤੇ ਆਵੇਂ ਆ। ਅਸੀਂ ਮੁੜ ਅਸੀਂ ਵੀ ਹੱਥ 'ਚ ਕੋਈ ਨਹੀਂ ਲਈ ਬੈਠੇ ਜਿਹੜੇ ਆਉਂਦੇ, ਤੁਹਾਨੂੰ ਦੱਥੀਆਂ ਫੜਾ ਦੇਈਏ ਤੇ ਤੁਸੀਂ ਨਿਕਲ ਜਾਓ। ਚਲੋ ਮੁੜ ਲੈਣੇ ਹੀ ਆਉਂਦੇ ਦੱਥੀਆਂ ਲੈ ਲਵਿਆ। ਇਸ ਮੁੜ ਆਕੜਾਂ ਵਾਲੀ ਗੱਲ ਹੋਈ ਨਾ, ਪੈਸੇ ਦੇਵਣ ਵਾਲੀ ਤੇ ਨਾ ਹੋਈ ਗੱਲ। ਉਹ ਮੇਰਾ ਪੁੱਤਰ, ਆਕੜਾਂ ਵਾਲੀ ਕਿਹੜੀ ਗੱਲ ਹੈ? ਅਸੀਂ ਤੁਹਾਡੇ ਦੇਵਣੇ ਤੇ ਹੱਥ ਬੰਨ ਕੇ ਦਿਸਾਂ, ਤੁਸੀਂ ਬਹੁਤ ਸਹੀ ਰੋਟੀ ਪਾਣੀ ਖਾਓ, ਅਸਾਂ ਕਿਦਾਂ ਹੀ ਨਹੀਂ ਹੁਣ ਬੈਦੇ, ਹੁਣ ਅਸੀਂ ਤੁਹਾਡੇ ਹੱਥ ਨਹੀਂ ਆ ਗਏ। ਉਹ ਬਿੱਲੋ ਆ, ਔਰ ਆ ਮਾਲ ਤਾਂ ਬਣਾ ਮੇਰੇ ਨਾਲ। ਮਾਲ ਤੂੰ ਕਿਹਦੇ? ਕਿਉਂ ਹੈ, ਕਿਸੇ ਨਿਆਲ ਦੇ ਬੱਚੇ ਆ? ਤੈਨੂੰ ਡੇਢ ਮਹੀਨਾ ਹੋ ਗਿਆ, ਤੂੰ ਸਾਡੇ ਪੈਸੇ ਲੈ ਕੇ ਨਸਿਆ, ਤੇਰੇ ਚ ਗੈਰਤ ਕੋਈ ਨਹੀਂ, ਤੂੰ ਪੈਸੇ ਨਹੀਂ ਦੇਵਣੇ ਸਾਡੇ? ਹਾਂ ਦੇਵਣੇ ਨੇ, ਵੱਡਾ ਬਾਹੂ ਦੇਵਣੇ ਦੇਵਣੇ। ਚੱਲ ਆਈਏ ਕਿਲਾ, ਚੱਲ ਅਹੀਂ ਇੱਕ ਵਾਰੀ ਤਈ ਨਾ ਸ਼ੇਰ ਖਲੋਤੇ ਨੇ ਸਾਰੇ ਜਣੇ, ਸਾਡਾ ਸਾਹ ਪੀਉਂ ਨੇ। ਹਾਂ, ਇਹ ਤਾਂ ਸਾਰਾ ਕੁੱਤੀ ਕਾਈ ਖਲੀਏ। ਚੁੱਪ ਕਰ ਕਿਉਂ ਚਾਚਾ, ਹੁਣ ਤਾਂ ਤੂੰ ਮੈਨੂੰ ਆਦਾ ਪਿਆ ਕਿ ਸਾਨੂੰ ਡੇਢ ਮਹੀਨਾ ਹੋ ਗਿਆ ਤੇ ਉਹਦਾ ਪਤਾ ਹੀ ਨਹੀਂ ਲੱਗਦਾ ਪਿਓ ਕਿੱਥੇ, ਕੂੜ ਮਾਰ ਮਾਰ ਕੇ ਆਪਦਾ ਮੂੰਹ ਵੇਖੀ ਨਾ ਜਿਵੇਂ ਰੋਟੀ ਸੜੀ ਹੋਈ ਹੁੰਦੀ ਤਵੇ ਤੇ। ਉਹ ਮੇਰੇ ਪੁੱਤਰ, ਮੈਂ ਤਾਂ ਇਹਨੇ ਮਜ਼ਾਕ ਕੀਤਾ ਹੀ ਤੁਹਾਡੇ ਨਾਲ। ਉਹ ਮੀਆਂ ਮੇਰੀ ਗੱਲ ਸੁਣ, ਕਿਸੇ ਨੂੰ ਅਗਲੀ ਉਮਰ ਝੂਠ ਦੀ ਆਦਤ ਹੁੰਦੀ ਤੇ ਕਿਸੇ ਨੂੰ ਪਿਛਲੀ ਉਮਰ। ਓਏ ਪਹਾੜੀ ਲੇੜੇ ਆ, ਪੋਤਰਾ ਨਹੀਂ ਤੇਰਾ ਖਾ, ਡੂਢ ਮਹੀਨਾ ਹੋ ਗਿਆ ਸਾਡੇ ਮੱਥੇ ਨਹੀਂ ਲੱਗਾ ਕਿ ਸਾਡੇ ਮੂੰਹ ਤੇ ਤਵਾ ਮਾਰਨੇ ਗਰੀਬਾਂ ਦੇ, ਸਾਨੂੰ ਪੈਸੇ ਹੁਣ ਦੇ। ਓ ਚਾਚਾ, ਨਾ ਇਹਨਾਂ ਕੋਲ ਪੈਸੇ ਹੈਣ ਤੇ ਨਾ ਹੀ ਇਹਨਾਂ ਕੋਲ ਮੰਗ। ਮੋੜ ਮੇਰਾ ਪੁੱਤਰ ਅਨਸਰ, ਇਹਨਾਂ ਨੂੰ ਛੱਡ ਦੇਈਏ ਤੇ ਬਖਸ਼ ਦੇਈਏ। ਓ ਚਾਚਾ, ਕਿਹੜਾ ਕੰਜੋ ਰੱਖਦਾ ਪਿਆ ਵੀ ਤੁਸੀਂ ਇਹਨਾਂ ਨੂੰ ਬਸ਼ਕ ਛੱਡੋ, ਔਰ ਜਿਹੜਾ ਬਾਹਰ ਇਹਨਾਂ ਦਾ ਮਾਲ ਖਲੋਤਾ ਨਾ ਆਪਾਂ ਡਾਲੇ 'ਚ ਉਹ ਖਤ ਕੇ ਲਾ ਚੱਲੀਏ। ਹਾਂ ਹਾਂ। तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।